ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਤਿੰਨ ਮੇਜਰ ਅਪਡੇਟਸ ਦੀਆਂ ਜਿਹੜੀਆਂ ਕੈਨੇਡਾ ਨੂੰ ਲੈ ਕੇ ਆ ਜਾਣੇ। ਸਕਸੈਸਰ ਇਸ਼ੂ ਹੋ ਗਿਆ, ਫਾਈਲਸ ਦੇ ਰਿਜ਼ਲਟਸ ਵਗੈਰਾ ਦੀ ਆਪਾਂ ਗੱਲ ਕਰਦੇ ਹਾਂ, ਕੁਝ ਸਟੂਡੈਂਟਸ ਨੂੰ ਇੱਕ ਦੋ ਅਪਡੇਟਸ ਆਪਣੇ ਕੋਲ ਆ ਜਾਣੇ ਉਹ, ਅਤੇ ਫਾਈਲ ਸਿਸਟਮ ਕੀ ਚੱਲ ਰਹੀਆਂ ਨੇ, ਰਿਜ਼ਲਟਸ ਕਿੱਦਾਂ ਦੇ ਆ ਰਹੇ ਨੇ, ਸੋ ਦੋ ਤਿੰਨ ਚੀਜ਼ਾਂ 'ਤੇ ਆਪਾਂ ਗੱਲ ਕਰਾਂਗੇ। ਵੀਡੀਓ ਪੂਰੀ ਦੇਖਿਓ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਮੈਂ ਮਨਿੰਦਰ ਪੰਜਾਬੀ ਸਵਾਗਤ ਕਰਦਾ ਤੁਹਾਡਾ ਮੇਰੇ ਚੈਨਲ ਵੀਜ਼ਾ ਪ੍ਰੋਜ ਦੇ ਉੱਤੇ। ਅਤੇ ਇੱਕ ਛੋਟੀ ਜਿਹੀ ਵੀਰਾਂ ਨੂੰ ਰਿਕੁਐਸਟ ਹੈ, ਅਗਰ ਤੁਸੀਂ ਹਿੰਦੀ ਵਰਜ਼ਨ 'ਚ ਵੀਡੀਓ ਦੇਖਣੀਆਂ ਨੇ ਤਾਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਮੇਰਾ ਜਿਹੜਾ ਮੇਨ ਚੈਨਲ ਹੈ। ਕੁਛ ਵੀਰਾਂ ਦੀ ਰਿਕੁਐਸਟ ਆਉਂਦੀ ਕਿ ਵੀਡੀਓਜ਼ ਪੰਜਾਬੀ 'ਚ ਬਣਾਓ, ਅਤੇ ਇਹ ਸੈਕਿੰਡ ਚੈਨਲ ਆਪਾਂ ਹੁਣ ਸੇਮ ਪੰਜਾਬੀ 'ਚ ਸ਼ੁਰੂ ਕੀਤਾ। ਸੋ ਵੀਰ, ਪੰਜਾਬੀ ਵੀਡੀਓਜ਼ ਦੇਖਣ ਵਾਲੇ ਇੱਥੇ ਰੁਕ ਜਾਣ, ਜਿਹੜੇ ਹਿੰਦੀ 'ਚ ਦੇਖਣਾ ਚਾਹੁੰਦੇ ਨੇ ਉਹ ਮੇਰੇ ਵੀਰ ਦੂਸਰੇ ਚੈਨਲ ਦੇ ਉੱਤੇ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ, ਉੱਥੋਂ ਜਾ ਕੇ ਦੇਖ ਸਕਦੇ ਨੇ ਸੇਮ ਵੀਡੀਓ ਹਿੰਦੀ ਲੈਂਗੁਏਜ ਦੇ ਵਿੱਚ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ 'ਚ ਗੱਲ ਕਰੀਏ ਤਾਂ ਜੀ ਤਿੰਨ ਮੇਜਰ ਅਪਡੇਟਸ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਤੁਹਾਨੂੰ ਮੇਰੇ ਚੈਨਲ ਦੇ ਉੱਤੇ ਮਿਲਦੇ ਆ ਰਹੇ। ਸੋ ਗੱਲ ਕਰੀਏ ਜੀ, ਸਭ ਤੋਂ ਪਹਿਲੀ ਅਪਡੇਟ ਦੀ ਤਾਂ ਸਕਸੈਸ ਰੇਟ ਦੀ ਹੈ ਜੀ, ਉਸ ਨੂੰ ਲੈ ਕੇ ਗੱਲ ਕਰਦੇ ਹਾਂ। ਤਾਂ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਨੇ ਇੰਸਟਾ 'ਤੇ ਕਿ ਸਰ ਅੱਜ ਦੀ ਰੇਟ 'ਚ ਕੈਨੇਡਾ ਵੀਜ਼ਾ ਸਕਸੈਸ ਰੇਸ਼ੋ ਕੀ ਚੱਲ ਰਹੀ ਹੈ, ਕੀ ਸਟੋਰੀ ਹੈ, ਫਾਈਲ ਲਾਈਏ ਨਾ ਲਾਈਏ। ਬਹੁਤ ਸਾਰੇ ਵੀਰਾਂ ਦਾ ਸਵਾਲ ਆਉਂਦੇ ਨੇ, ਕਈ ਵਾਰ ਤਾਂ ਆਨਸਰ ਵੀ ਨਹੀਂ ਕੀਤੇ ਜਾਂਦੇ। ਅਤੇ ਇੱਕ ਤੁਹਾਨੂੰ ਜਨਰਲ ਗੱਲ ਕਰ ਦਿੰਦਾ ਵਾ ਕਿ ਜਿਹੜੇ ਕੈਨੇਡਾ ਦੇ ਰਿਜ਼ਲਟਸ ਨੇ ਉਹ ਠੀਕ ਹੈ, ਅੱਛੇ ਵੀ ਆ ਰਹੇ ਨੇ, ਮਿਕਸ ਜੇ ਆ ਰਹੇ ਨੇ, ਅਪਰੂਵਲ ਵੀ ਅੱਛੀ ਆ ਰਹੀ ਹੈ, ਰਿਫਿਊਜ਼ਲ ਵੀ ਦੇਖਣ ਨੂੰ ਮਿਲ ਰਹੀ ਹੈ। ਇਹ ਸਾਰੀ ਗੱਲਬਾਤ ਤੁਹਾਡੀ ਡਾਕੂਮੈਂਟੇਸ਼ਨ, ਤੁਹਾਡੀ ਪ੍ਰੈਜੈਂਟੇਸ਼ਨ ਦੇ ਉੱਤੇ ਮੈਟਰ ਕਰਦੀ ਹੈ। ਅਗਰ ਤੁਹਾਡੀ ਡਾਕੂਮੈਂਟੇਸ਼ਨ ਅੱਛੀ ਹੈ, ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਹੈ, ਫਾਈਲ 'ਚ ਕਵਰ ਲੈਟਰ ਲੱਗੀ ਹੋਈ ਹੈ, ਤੁਸੀਂ ਕਵਰ ਲੈਟਰ 'ਚ ਦੋ ਤਿੰਨ ਚੀਜ਼ਾਂ ਪਰਸਨਲੀ ਜਿਹੜੀ ਚੀਜ਼ ਡਾਕੂਮੈਂਟਸ ਪ੍ਰਜੈਂਟ ਨਹੀਂ ਕਰ ਪਾਉਂਦੇ, ਉਹ ਤੁਸੀਂ ਕਵਰ ਲੈਟਰ ਦੇ ਵਿੱਚ ਆਪਣੇ ਇਮੋਸ਼ਨਸ, ਆਪਣੀ ਗੱਲ, ਆਪਣਾ ਪੁਆਇੰਟ ਰੱਖ ਸਕਦੇ ਹੋ, ਜਿਸ ਦੇ ਨਾਲ ਕੀ ਹੈ ਤੁਹਾਡੀ ਫਾਈਲ 'ਚ ਥੋੜ੍ਹਾ ਜਿਹਾ ਇੱਕ ਪਲੱਸ ਪੁਆਇੰਟ ਹੋ ਜਾਂਦਾ, ਜਿਸ ਕਰਕੇ ਕੀ ਹੈ ਫਾਈਲ ਦੀ ਸਕਸੈਸ ਰੇਸ਼ੋ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਵੀਜ਼ਾ ਦੀ ਸ਼ਿਓਰਟੀ ਹੀ ਹੋਏਗੀ ਕਵਰ ਲੈਟਰ ਲੱਗਣ ਦੇ, ਪਰ ਇਹ ਕਿ ਥੋੜ੍ਹੇ ਜਿਹੇ ਚਾਂਸਿਸ ਤੁਹਾਡੇ ਹਾਈ ਹੋ ਜਾਂਦੇ ਨੇ। ਕਈ ਵਾਰ ਆਪਣੇ ਮਨ 'ਚ ਵੀ ਗੱਲ ਹੁੰਦੀ ਯਾਰ ਕਿ ਵੀਜ਼ਾ ਆਫਿਸਰ ਨੂੰ ਮੈਂ ਇਹ ਗੱਲ ਦੱਸਣਾ ਚਾਹੁੰਦਾ, ਲਾਈਕ ਜਿਵੇਂ ਕਹਿ ਦਿੰਦੇ ਜੀ ਏ ਬੀ ਸੀ ਕੋਈ ਉੱਧਰ ਪਰਸਨ ਹੈ ਜਿਹਨੂੰ ਮੈਂ ਬਹੁਤ ਦੇਰ ਤੋਂ ਨਹੀਂ ਮਿਲਿਆ, ਜਾਂ ਮੇਰਾ ਕਲੋਜ਼ ਫਰੈਂਡ ਹੈ, ਜਾਂ ਮੇਰੀ ਸਿਸਟਰ ਹੈ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਮਤਲਬ ਇੱਕ ਇਮੋਸ਼ਨਸ ਨੇ ਜਿਹੜੇ ਤੁਸੀਂ ਕਵਰ ਲੈਟਰ 'ਚ ਮੈਂਸ਼ਨ ਕਰ ਸਕਦੇ ਹੋ, ਜਿਹੜੀ ਕਿ ਇੱਕ ਬੇਸਿਕ ਬੈਂਕ ਸਟੇਟਮੈਂਟ ਜਾਂ ਤੁਹਾਡੇ ਸੋਰਸ ਆਫ ਇਨਕਮ ਵਾਲੇ ਡਾਕੂਮੈਂਟਸ ਨਹੀਂ ਪ੍ਰਜੈਂਟ ਕਰ ਪਾਉਂਦੇ, ਜਾਂ ਤੁਹਾਡੀ ਜਿਹੜੀ ਇਨਵੀਟੇਸ਼ਨ ਉਹ ਨਹੀਂ ਪ੍ਰਜੈਂਟ ਕਰ ਪਾਉਂਦੇ। ਸੋ ਅਗਰ ਤੁਸੀਂ ਇਸ ਨੂੰ ਲਗਾਉਂਦੇ ਹੋ ਤਾਂ ਤੁਹਾਡੇ ਵੀਜ਼ਾ ਦੇ ਸਕਸੈਸ ਜਿਹੜੇ ਹੈ, ਚਾਂਸਿਸ ਜਿਹੜੇ ਥੋੜ੍ਹੇ ਜਿਹੇ ਹਾਈ ਰਹਿੰਦੇ ਨੇ। ਵੀਜ਼ਾ ਦਾ ਅੱਜ ਦੀ ਡੇਟ 'ਚ ਅੱਛੇ ਆ ਰਹੇ ਨੇ, ਅਗਰ ਤੁਸੀਂ ਫਾਈਲ ਪੁੱਟ ਕਰਨਾ ਚਾਹੁੰਦੇ ਹੋ ਤਾਂ ਪ੍ਰੈਜੈਂਟੇਸ਼ਨ, ਡਾਕੂਮੈਂਟੇਸ਼ਨ ਅਤੇ ਟਰੈਵਲ ਡੇਟਸ ਨੂੰ ਥੋੜ੍ਹਾ ਜਿਹਾ ਧਿਆਨ ਰੱਖ ਕੇ ਤੁਸੀਂ ਫਾਈਲ ਕਦੇ ਵੀ ਅਪਲਾਈ ਕਰੋ, ਤੁਹਾਡੇ ਵੀਜ਼ਾ ਦੇ ਚਾਂਸਿਸ ਹਾਈ ਹੀ ਰਹਿਣਗੇ, ਠੀਕ ਹੈ ਜੀ। ਸੈਕਿੰਡ ਅਪਡੇਟ ਦੀ ਗੱਲ ਕਰੀਏ ਤਾਂ ਜੀ ਕੁਛ ਸਟੂਡੈਂਟਸ ਨੂੰ ਲੈ ਕੇ ਆ ਮੇਰੇ ਵੀਰਾਂ ਨੂੰ, ਬਹੁਤ ਇਸ ਚੀਜ਼ ਦਾ ਧਿਆਨ ਰੱਖੋ। ਇੱਦਾਂ ਛੋਟੀ ਜਿਹੀ ਇਗਜ਼ਾਮਪਲ ਦੇ ਦੇਣਾ, ਤੁਹਾਨੂੰ ਈਜ਼ੀਲੀ ਸਮਝ ਲੱਗ ਜਾਣਗੇ ਜਿਹੜੇ ਵੀਰ ਐਜ ਏ ਸਟੂਡੈਂਟਸ ਕੈਨੇਡਾ ਜਾ ਰਹੇ ਨੇ, ਠੀਕ ਹੈ ਜੀ। ਕੁਛ ਸਟੂਡੈਂਟਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਿਸ ਭੇਜਿਆ ਗਿਆ ਵੈ, ਔਫਲੋਡ ਕਰਨਾ ਉਹਨੂੰ ਕਹਿੰਦੇ ਆ, ਉਹਨਾਂ ਨੂੰ ਫਲਾਈਟ ਨਹੀਂ ਚੜ੍ਹ ਦਿੱਤਾ ਗਿਆ। ਇਹ ਤੁਹਾਨੂੰ ਬੇਸਿਕ ਜੀ ਇਗਜ਼ਾਮਪਲ ਦਿੰਦਾ, ਤੁਹਾਨੂੰ ਈਜ਼ੀਲੀ ਸਮਝ ਲੱਗ ਜਾਏਗਾ ਕਿ ਮੈਂ ਕਹਿਣਾ ਕੀ ਚਾਹ ਰਿਹਾ। ਸਪੋਜ਼ ਕਰੋ ਇੱਕ ਸਟੂਡੈਂਟ ਹੈ ਏ ਬੀ ਸੀ, ਠੀਕ ਹੈ ਜੀ, ਉਹ ਕੈਨੇਡਾ ਜਾਣਾ ਚਾਹੁੰਦਾ, ਸਟੱਡੀ ਕੰਪਲੀਟ ਹੈ, ਆਈਲਟਸ ਬੈਂਡ 'ਚ ਆ ਚੁੱਕੇ ਨੇ, ਉਹ ਕਿਸੇ ਏਜੰਟ ਕੋਲ ਜਾਂਦਾ, ਉਹਨਾਂ ਨੂੰ ਕਹਿੰਦਾ ਜੀ ਮੇਰਾ ਕੈਨੇਡਾ ਜਾਣਾ ਮੇਰਾ ਸੁਪਨਾ ਹੈ, ਮੈਨੂੰ ਕਿਸੇ ਵੀ ਕੋਰਸ 'ਚ ਪਾ ਦਿਓ, ਕਿਸੇ ਵੀ ਕਾਲਜ 'ਚ ਪਾ ਦਿਓ, ਮੈਨੂੰ ਕੈਨੇਡਾ ਜਾਣਾ, ਵੀ ਮੇਰਾ ਪਲੈਨ ਹੈ ਕਿ ਮੈਂ ਜਾਣਾ ਚਾਹੁੰਦਾ। ਚਲੋ ਉਹਨਾਂ ਨੇ ਡਾਕੂਮੈਂਟਸ ਏਜੰਟ ਨੂੰ ਦਿੱਤੇ, ਏਜੰਟ ਨੇ ਦੇਖਿਆ ਕਿ ਆਹ ਬੰਦੇ ਨੇ ਆਹ ਪਲੱਸ ਟੂ 'ਚ ਡਾਕੂਮੈਂਟ ਦੀ ਪ੍ਰੋਫਾਈਲ ਹੈ, ਅਤੇ ਆਹ ਉਸਦੇ ਬੇਸ 'ਤੇ ਏ ਬੀ ਸੀ ਆਹ ਕਾਲਜ ਹੈ, ਅਤੇ ਆਹ ਕੋਰਸ ਹੈ ਜਿਸ 'ਤੇ ਮੈਨੂੰ ਲੱਗਦਾ ਕਿ ਵੀਜ਼ਾ ਆਉਂਦੇ ਚਾਂਸ ਹੈ। ਉਹ ਤੁਹਾਡੀ ਫਾਈਲ ਅਪਲਾਈ ਕਰ ਦਿੰਦਾ, ਬਾਇਓਮੈਟ੍ਰਿਕ ਹੁੰਦੇ ਨੇ, ਅਤੇ ਥੋੜ੍ਹੇ ਹੀ ਦਿਨਾਂ 'ਚ ਤੁਹਾਡੀ ਅਪਰੂਵਲ ਆ ਜਾਂਦੀ ਹੈ। ਅੱਛੀ ਗੱਲ ਹੈ, ਵੀਜ਼ਾ ਆ ਗਿਆ। ਵੀਜ਼ਾ ਤੋਂ ਬਾਅਦ ਬੱਚਾ ਕੀ ਕਰਦਾ ਹੈ, ਏਜੰਟ ਨੂੰ ਜਿਹੜੀ ਉਹਦੀ ਫੀਸ ਹੁੰਦੀ ਉਹ ਪੇ ਕਰ ਦਿੰਦਾ ਵੈ, ਫਲਾਈਟ ਦੀ ਟਿਕਟ ਲੈਂਦਾ ਅਤੇ ਦਿੱਲੀ ਏਅਰਪੋਰਟ 'ਤੇ ਪਹੁੰਚ ਜਾਂਦਾ। ਉੱਥੇ ਜਾ ਕੇ ਕੀ ਹੁੰਦਾ, ਫਲਾਈਟ ਬੋਰਡ ਕਰਨ ਤੋਂ ਪਹਿਲਾਂ ਇੱਕ ਤੁਸੀਂ ਨੋਰਮਲੀ ਕਿਸੇ ਤੋਂ ਵੀ ਸੁਣਿਆਗਾ ਕਿ ਫਲਾਈਟ ਜਦੋਂ ਆਪਾਂ ਬੋਰਡ ਕਰਦੇ ਤਾਂ ਆਪਾਂ ਨੂੰ 2 ਘੰਟੇ 2.5 ਘੰਟੇ ਪਹਿਲਾਂ ਪਹੁੰਚਣਾ ਜ਼ਰੂਰੀ ਹੁੰਦਾ। ਉਸਦਾ ਕਾਰਨ ਕੀ ਹੁੰਦਾ, ਇੱਕ ਪ੍ਰੋਸੈਸ ਹੁੰਦਾ, ਕਿਉਂਕਿ ਤੁਸੀਂ ਇੱਕ ਦੇਸ਼ 'ਚੋਂ ਦੂਜੇ ਦੇਸ਼ 'ਚ ਜਾ ਰਹੇ ਹੋ,
ਠੀਕ ਹੈ ਜੀ। ਉਸ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ, ਉਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਉਹ ਚੈੱਕ ਕਰਦੇ ਨੇ ਉਹਨਾਂ ਦੀ ਲਿਸਟ 'ਚ। ਸਭ ਤੋਂ ਪਹਿਲਾਂ ਤੁਹਾਡੀ ਬੋਰਡਿੰਗ ਹੋਣੀ ਹੈ ਕਿ ਬਾਈ ਤੁਸੀਂ ਇਹ ਕੰਟਰੀ ਛੱਡ ਕੇ ਜਾ ਰਹੇ ਹੋ, ਤੁਹਾਡੀ ਡਿਪਾਰਟਿਡ ਦੀ ਦਿੱਲੀ ਤੋਂ ਸਟੈਂਪ ਲੱਗਣੀ ਤੁਹਾਡੇ ਪਾਸਪੋਰਟ ਉੱਤੇ। ਉਸ ਤੋਂ ਬਾਅਦ ਕੀ ਹੁੰਦਾ, ਤੁਹਾਡੀ ਇਮੀਗ੍ਰੇਸ਼ਨ ਹੁੰਦੀ ਹੈ। ਇਮੀਗ੍ਰੇਸ਼ਨ ਵਿੱਚ ਜਾ ਕੇ ਸਟੂਡੈਂਟਸ ਕੀ ਕਰਦੇ ਨੇ, ਉਹਨਾਂ ਨੂੰ ਇੱਕ ਬੇਸਿਕ ਸਵਾਲ ਪੁੱਛੇ ਜਾਂਦੇ ਨੇ, ਤੁਹਾਡਾ ਕੋਰਸ ਕੀ ਹੈ, ਤੁਹਾਡਾ ਕਾਲਜ ਕਿਹੜਾ ਹੈ, ਤੁਸੀਂ ਰਹਿਣਾ ਕਿੱਥੇ ਹੈ। ਜਦੋਂ ਇਹਨਾਂ ਦੇ ਸਟੂਡੈਂਟਸ ਨੂੰ ਆਨਸਰ ਨਹੀਂ ਪਤਾ ਹੁੰਦੇ, ਹੁਣ ਜਿਵੇਂ ਆਪਾਂ ਇੱਕ ਸਟੂਡੈਂਟ ਦੀ ਗੱਲ ਕੀਤੀ, ਉਹ ਕਹਿੰਦਾ ਜੀ ਮੈਨੂੰ ਕੋਈ ਵੀ ਕਾਲਜ ਲੈ ਦਿਉ, ਕੋਈ ਵੀ ਕੋਰਸ ਲੈ ਦਿਉ, ਮੈਂ ਸਿਰਫ ਕੈਨੇਡਾ ਜਾਣਾ। ਠੀਕ ਹੈ ਵੀਰ, ਤੂੰ ਕੈਨੇਡਾ ਜਾਣਾ, ਤੈਨੂੰ ਏਜੰਟ ਨੇ ਕੋਰਸ ਲੈਤਾ, ਬਟ ਤੂੰ ਫਲਾਈਟ ਚੜ੍ਹਨ ਤੋਂ ਪਹਿਲਾਂ ਕੀ ਇਹ ਬੇਸਿਕ ਇਨਫੋਰਮੇਸ਼ਨ ਏਜੰਟ ਨੂੰ ਪੁੱਛੀ ਕਿ ਹਾਂ ਵੀ ਮੈਂ ਉੱਥੇ ਕਰਨਾ ਕੀ ਹੈ, ਮੈਂ ਪੜ੍ਹਨਾ ਕੀ ਹੈ, ਮੈਂ ਰਹਿਣਾ ਕਿੱਥੇ, ਮੈਂ ਖਾਣਾ ਕੀ ਹੈ, ਮੇਰਾ ਕਾਲਜ ਕਿਹੜਾ, ਪ੍ਰੋਵਿੰਸ ਕਿਹੜੀ ਹੈ। ਇਹ ਬੇਸਿਕ ਜੇ ਕੁਸ਼ਚਨਸ ਦੇ ਜਦ ਤੁਸੀਂ ਆਨਸਰ ਨਹੀਂ ਦੇ ਪਾਉਂਦੇ ਤਾਂ ਕੈਨੇਡਾ, ਜਦੋਂ ਤੁਸੀਂ ਇਮੀਗ੍ਰੇਸ਼ਨ ਜਿਹੜੀ ਤੁਹਾਡੀ ਦਿੱਲੀ ਏਅਰਪੋਰਟ 'ਤੇ ਹੁੰਦੀ ਹੈ, ਤੁਸੀਂ ਜਦ ਆਨਸਰ ਨਹੀਂ ਕਰ ਪਾਉਂਦੇ ਤਾਂ ਉਹ ਤੁਹਾਨੂੰ ਵਾਪਸ ਭੇਜ ਦਿੰਦੇ ਨੇ ਅਤੇ ਤੁਹਾਡਾ ਵੀਜ਼ਾ ਰਿਕਾਰਡ 'ਚ ਇਨਵੈਲਿਡ ਕਰ ਦਿੰਦੇ ਨੇ, ਕਿਉਂਕਿ ਤੁਸੀਂ ਆਨਸਰ ਨਹੀਂ ਕਰ ਪਾਏ, ਵੀਜ਼ਾ ਆਫਿਸਰ ਨੂੰ ਸੈਟਿਸਫਾਈ ਨਹੀਂ ਕਰਦੇ। ਇਸ ਦਾ ਇੱਕ ਮੇਜਰ ਰੀਜ਼ਨ ਇਹ ਬਣਦਾ, ਐਜ਼ ਏ ਵੀਜ਼ਾ ਆਫਿਸਰ ਉਹਨਾਂ ਨੂੰ ਇਹ ਡਾਊਟ ਹੁੰਦਾ ਕਿ ਇਹ ਬੰਦੇ ਨੇ ਸ਼ਾਇਦ ਕੋਈ ਡਾਕੂਮੈਂਟ 'ਚ ਸ਼ਰਾਰਤ ਕਰਕੇ ਵੀਜ਼ਾ ਲਿੱਤਾ ਹੋਵੇ, ਜਿੰਨੇ ਕਰਕੇ ਇਹਨੂੰ ਨਹੀਂ ਪਤਾ ਕਿ ਮੇਰੀ ਫਾਈਲ 'ਚ ਲੱਗਾ ਕੀ ਹੈ ਜਾਂ ਮੇਰੇ ਏਜੰਟ ਨੇ ਲਾਇਆ ਕੀ ਹੈ। ਉਸ ਤੋਂ ਬਾਅਦ ਤੁਹਾਨੂੰ ਕੈਨੇਡਾ ਵੈਸੇ ਜਾਣਾ ਪੈਂਦਾ, ਦੋ ਤਿੰਨ ਦਿਨ ਦੇ ਬਾਅਦ ਉੱਥੇ ਜਾ ਕੇ ਜਿਹੜੇ ਉੱਥੋਂ ਦੇ ਆਫਿਸਰਸ ਹੁੰਦੇ ਨੇ ਉਹਨਾਂ ਨੂੰ ਸੈਟਿਸਫਾਈ ਕਰਨਾ ਪੈਂਦਾ ਕਿ ਤੁਸੀਂ ਆਨਸਰ ਕਿਉਂ ਨਹੀਂ ਦੇ ਪਾਏ, ਕੀ ਕਾਰਨ ਸੀ। ਅਗਰ ਤੁਸੀਂ ਆਨਸਰ ਦਿੱਤਾ ਜਾਂ ਤੁਸੀਂ ਵੀਜ਼ਾ ਆਫਿਸਰ ਨੂੰ ਸੈਟਿਸਫਾਈ ਨਹੀਂ ਕਰ ਪਾਏ, ਕੌਨਫੀਡੈਂਸ ਨਾਲ ਆਨਸਰ ਨਹੀਂ ਦਿੱਤੇ, ਅਤੇ ਥੋੜ੍ਹੇ ਥੋੜ੍ਹੇ ਜਿਹੜੇ ਲੂਪ ਹੋਲਸ ਹੈ ਜਿਹੜੀਆਂ ਆਪਾਂ ਗਲਤੀਆਂ ਕਰ ਦਿੰਦੇ ਨੇ, ਇਹ ਤੁਹਾਨੂੰ ਨੁਕਸਾਨ ਕਰਵਾਉਂਦੇ ਆ, ਤੁਹਾਡਾ ਵੀਜ਼ਾ ਇਨਵੈਲਿਡ ਹੋ ਜਾਂਦਾ ਹੈ। ਵੀਜ਼ਾ ਇਨਵੈਲਿਡ ਹੋਣ ਤੋਂ ਬਾਅਦ ਅਗਰ ਕੁਝ ਸਟੂਡੈਂਟਸ ਇਹ ਸੋਚ ਰਹੇ ਨੇ ਮੇਰੀ ਵੀਡੀਓ ਦੇਖ ਕੇ ਕਿ ਮੈਂ ਫਾਈਲ ਦੁਬਾਰਾ ਅਪਲਾਈ ਕਰ ਸਕਦਾ, ਤਾਂ ਇਹ ਚੀਜ਼ ਤੁਸੀਂ ਭੁੱਲ ਕੇ ਵੀ ਨਹੀਂ ਕਰ ਸਕਦੇ, ਕਿਉਂਕਿ ਪਾਸਪੋਰਟ ਤੁਹਾਡਾ ਉਹੀ ਹੈ, ਵੀਜ਼ਾ ਤੁਹਾਡਾ ਲੱਗਾ ਹੋਇਆ, ਤੁਸੀਂ ਟਰੈਵਲ ਨਹੀਂ ਕਰ ਪਾਏ। ਇਹ ਇਕੱਲੀ ਇਕੱਲੀ ਚੀਜ਼ ਦਾ ਰਿਕਾਰਡ ਵੈਸੇ ਕੋਲ ਹੈਗਾ, ਲਾਈਕ ਜਿੱਦਾਂ ਕਿ ਮੈਂ ਵੀਡੀਓ 'ਚ ਤੁਹਾਨੂੰ ਬੋਲ ਰਿਹਾ ਵਾਂ, ਅਤੇ ਇਹ ਵੀਡੀਓ ਤੁਹਾਡੇ ਕੋਲ ਐਜ਼ ਏ ਪਰੂਫ ਹੈ ਕਿ ਮੈਂ ਇਹ ਗੱਲ ਬੋਲੀ ਹੈ, ਅਤੇ ਆਹ ਤੁਹਾਨੂੰ ਪੁਆਇੰਟਸ ਜਾਂ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸੀਆਂ ਨੇ। ਠੀਕ ਹੈ ਜੀ, ਉਸੇ ਤਰ੍ਹਾਂ ਵੀਜ਼ਾ ਆਫਿਸਰ ਜਾਂ ਅੰਬੈਸੀ ਕੋਲ ਸਾਰਾ ਰਿਕਾਰਡ ਪਿਆ ਕਿ ਆਹ ਪਾਸਪੋਰਟ ਹੈ ਉਹਦੇ 'ਤੇ ਆਹ ਵੀਜ਼ਾ ਲੱਗਾ ਹੋਇਆ, ਅਤੇ ਉਹ ਵੀਜ਼ਾ ਇਨਵੈਲਿਡ ਹੋ ਚੁੱਕਾ ਹੈ। ਕਿਉਂ? ਕਿਉਂਕਿ ਆਪਣਾ ਜਿਹੜਾ ਬੱਚਾ ਉਹ ਆਨਸਰ ਨਹੀਂ ਕਰ ਪਾਇਆ, ਮਤਲਬ ਕਿ ਡਾਕੂਮੈਂਟਸ 'ਚ ਕੋਈ ਛੇੜਛਾੜ ਹੈ ਜਾਂ ਫਾਈਲ 'ਚ ਕੁਛ ਗੜਬੜ ਹੈ। ਠੀਕ ਹੈ ਜੀ, ਬਹੁਤ ਸਾਰੇ ਪੁਆਇੰਟਸ ਇੱਥੇ ਆਉਂਦੇ ਨੇ, ਅਤੇ ਤੁਸੀਂ ਕੈਨੇਡਾ ਜਿਹੜਾ ਜਾਣ ਦਾ ਪਲੈਨ ਉਹ ਖਰਾਬ ਹੋ ਸਕਦਾ। ਸੋ ਮੇਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਜਿਹੜੇ ਸਟੂਡੈਂਟ ਐਜ਼ ਏ ਅਪਲਾਈ ਕਰ ਰਹੇ ਨੇ ਜਾਂ ਵਿਜ਼ਟਰ ਵੀਜ਼ਾ ਵੀ ਹੈ, ਵਿਜ਼ਟਰ ਵੀਜ਼ਾ 'ਚ ਵੀ ਕਈ ਵਾਰ ਹੁੰਦਾ ਕਿ ਕੁਛ ਲੋਕ ਏਜੰਟਸ ਤੋਂ 10 ਲੱਖ 20 ਲੱਖ 50 ਲੱਖ 'ਚ ਡੀਲਾਂ ਕਰਾ ਕਰਾ ਕੇ ਅਤੇ ਡਾਕੂਮੈਂਟਸ 'ਚ ਛੇੜਛਾੜ ਕਰਾ ਕੇ ਉਹ ਕਰਾ ਲੈਂਦੇ ਨੇ। ਵੀਰ ਮੇਰੇ ਇੱਕ ਚੀਜ਼ ਦਾ ਧਿਆਨ ਰੱਖਿਓ, ਅਗਰ ਏਅਰਪੋਰਟ 'ਤੇ ਤੁਹਾਨੂੰ ਬੇਸਿਕਲੀ ਆਨਸਰ ਵੀ ਨਾ ਪਤਾ ਹੋਏ, ਤੁਸੀਂ ਫਾਈਲ 10,000 'ਚ ਲਾ ਲਓ। ਬਹੁਤ ਇਹੋ ਜਿਹੇ ਆਫਿਸ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਕੋਈ ਫਾਈਲ 10,000 'ਚ ਵੀ ਲਗਾ ਰਿਹਾ, ਕੋਈ 5,000 'ਚ ਵੀ ਲਗਾ ਰਿਹਾ, ਕੋਈ 50,000 'ਚ ਲਗਾ ਰਿਹਾ, ਕੋਈ 50 ਲੱਖ 'ਚ ਵੀ ਲਾ ਰਿਹਾ ਕੈਨੇਡਾ ਦੀ ਫਾਈਲ। ਪਰ ਇੱਕ ਚੀਜ਼ ਦਾ ਧਿਆਨ ਰੱਖੋ, ਏਅਰਪੋਰਟ 'ਤੇ ਜਦ ਤੁਸੀਂ ਜਾਣਾ ਨਾ ਤਾਂ ਕੁਸ਼ਚਨਿੰਗ ਤੁਹਾਨੂੰ ਹੋਣੀ ਆ, ਤੁਸੀਂ 5,000 'ਚ ਫਾਈਲ ਲਵਾਈ ਤਾਂ 50 ਲੱਖ 'ਚ ਲਵਾਈ, ਉਹ ਮੈਟਰ ਨਹੀਂ ਕਰਦਾ। ਪਰ ਜਦ ਤੁਸੀਂ ਦਿੱਲੀ ਏਅਰਪੋਰਟ 'ਤੇ ਖੜ੍ਹੇ ਹੋ ਨਾ, ਬੇਸਿਕ ਕੁਸ਼ਚਨਸ ਤੁਹਾਨੂੰ ਹੋਣੀ ਹੈ, ਤੁਹਾਡੀ ਹੋਟਲ ਬੁਕਿੰਗ ਹੈ, ਤੁਹਾਡੀ ਸਪੋਂਸਰ ਹੈ, ਤੁਹਾਡੇ ਡਾਕੂਮੈਂਟਸ ਕੀ ਹੈ, ਕੀ ਕੰਮ ਕਰਦਾ, ਬੇਸਿਕ ਜਿਹੇ ਕੁਸ਼ਚਨਸ ਹੁੰਦੇ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਸੋ ਬੇਸਿਕ ਜਿਹੀਆਂ ਚੀਜ਼ਾਂ ਮੇਰੇ ਵੀਰ, ਚਾਹੇ ਵਿਜ਼ਟਰ 'ਤੇ ਜਾ ਰਹੇ ਨੇ ਚਾਹੇ ਸਟੂਡੈਂਟ 'ਤੇ ਜਾ ਰਹੇ ਨੇ, ਇਹ ਆਪਣੇ ਏਜੰਟ ਤੋਂ ਕਲੀਅਰ ਕਰਕੇ ਚੱਲੇ, ਤੁਹਾਡੇ ਲਈ ਇਹ ਪਲੱਸ ਪੁਆਇੰਟ ਰਹੇਗਾ। ਇਹ ਤਾਂ ਜਿਹੜਾ ਲੱਗਿਆ ਲਗਾਇਆ ਵੀਜ਼ਾ ਉਹ ਵੇਸਟ ਹੋ ਜਾਣਾ, ਤੁਹਾਡੇ ਪੈਸਾ ਅਤੇ ਟਾਈਮ ਸਭ ਕੁਝ ਵੇਸਟ ਹੋ ਜਾਣਾ। ਠੀਕ ਹੈ ਜੀ, ਥਰਡ ਅਪਡੇਟ ਦੀ ਗੱਲ ਕਰੀ ਤਾਂ ਜੀ ਕੁਛ ਮੇਰੇ ਵੀਰਾਂ ਦਾ ਸਵਾਲ ਆਉਂਦਾ ਕਿ ਅੱਜ ਦੀ ਰੇਟ 'ਚ ਸਾਡੇ ਕੋਲ ਸਪੋਂਸਰ ਨਹੀਂ ਹੈ, ਸਾਡਾ ਕੈਨੇਡਾ ਵੀ ਰਹਿੰਦਾ ਨਹੀਂ, ਅਸੀਂ ਫਾਈਲ ਲਗਾਈਏ ਕਿੱਦਾਂ ਜਾਂ ਕੀ ਸਾਡਾ ਵੀਜ਼ਾ ਪਲੱਸ ਪੁਆਇੰਟ ਰਹੇਗਾ ਕਿ ਨਹੀਂ। ਤੁਸੀਂ ਇੱਕ ਚੀਜ਼ ਸੋਚੋ, ਇੱਕ ਜਨਰਲ ਆਪਾਂ ਗੱਲ ਕਰਦੇ ਹਾਂ, ਅਗਰ ਆਪਣਾ ਕੈਨੇਡਾ ਨਹੀਂ ਰਹਿੰਦਾ ਤਾਂ ਮਤਲਬ ਇਹ ਤਾਂ ਹੈ ਨਹੀਂ ਕਿ ਆਪਾਂ ਕੈਨੇਡਾ ਜਾ ਨਹੀਂ ਸਕਦੇ। ਠੀਕ ਹੈ ਜੀ, ਵੀਜ਼ਾ ਆਫਿਸਰ ਨੂੰ ਕੈਨੇਡਾ ਅੰਬੈਸੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਵੀਜ਼ਾ ਦੇ ਅੰਦਰ, ਤੁਸੀਂ ਕੈਨੇਡਾ ਫਾਈਲ ਕਦੇ ਵੀ ਲਗਾ ਸਕਦੇ ਹੋ। ਹੋਟਲ ਬੁਕਿੰਗ 'ਤੇ ਵੀ ਬਹੁਤ ਇਹੋ ਜਿਹੇ ਕੇਸਿਸ ਹੈ ਜਿਨ੍ਹਾਂ 'ਤੇ ਮੇਰਾ ਰਿਜ਼ਲਟ ਪੋਜ਼ੀਟਿਵ ਆਇਆ ਹੋਇਆ ਹੈ। ਸੋ ਜਿਹੜੇ ਵੀ ਹੋਟਲ ਦੇ ਫਾਈਲ ਲਾਉਣਾ ਚਾਹੁੰਦੇ ਨੇ, ਮੈਂ ਮਾਰਕੀਟ 'ਚ ਹੋਰ ਵੀ ਲੋਕਾਂ ਦੇ ਰਿਜ਼ਲਟ ਦੇਖਦਾ, ਮੈਂ ਗਾਰੰਟੀ ਨਹੀਂ ਦਿੰਦਾ ਕਿ ਹੋਟਲ ਦੇ ਰਿਜ਼ਲਟ ਪੋਜ਼ੀਟਿਵ ਹੀ ਆਏਗਾ,
ਬਟ ਤੁਸੀਂ ਅਗਰ ਫਾਈਲ ਲਾਉਣਾ ਚਾਹੁੰਦੇ ਹੋ ਤੁਸੀਂ ਹੋਟਲ 'ਤੇ ਫਾਈਲ ਲਗਾ ਸਕਦੇ ਹੋ। ਬਹੁਤ ਇਹੋ ਜਿਹੇ ਕੇਸਿਸ ਹੈ ਜਿਨ੍ਹਾਂ ਦੇ ਸਪੋਂਸਰ ਵਾਲੇ ਕੇਸਿਸ ਵੀ ਰਿਫਿਊਜ਼ ਹੋ ਜਾਂਦੇ ਨੇ, ਈਵਨ ਔਨ ਕਨਵੋਕੇਸ਼ਨ। ਸਟੂਡੈਂਟਸ ਦੀ ਕਨਵੋਕੇਸ਼ਨ ਹੁੰਦੀ ਆ, ਬੱਚਿਆਂ ਦੀ ਕਨਵੋਕੇਸ਼ਨ ਹੁੰਦੀ ਆ, ਆਪਣੇ ਮਾਂ ਪਿਓ ਨੂੰ ਬੁਲਾਉਂਦੇ, ਉਹ ਵੀ ਕਈ ਵਾਰ ਕੇਸਿਸ 'ਚ ਰਿਫਿਊਜ਼ ਹੋ ਜਾਂਦੇ ਨੇ, ਕਿਉਂਕਿ ਜਿਹੜੇ ਸਟੂਡੈਂਟ ਦੀ ਕਨਵੋਕੇਸ਼ਨ ਦੇ ਡਾਕੂਮੈਂਟਸ ਆਏ ਹੁੰਦੇ ਨੇ, ਜਿਹੜੇ ਇੱਧਰੋਂ ਮਾਂ ਪਿਓ ਜਾਣਾ ਚਾਹੁੰਦੇ ਨੇ, ਉਹ ਵੀਜ਼ਾ ਆਫਿਸਰ ਨੂੰ ਸੈਟਿਸਫਾਈ ਨਹੀਂ ਕਰ ਪਾਉਂਦੇ। ਠੀਕ ਹੈ ਜੀ, ਜਦਕਿ ਕਨਵੋਕੇਸ਼ਨ ਇੱਕ ਲਾਈਫ ਦਾ ਪਾਰਟ ਇੱਕ ਹੁੰਦਾ ਕਿ ਹਾਂ ਵੀ ਯਾਰ ਬੱਚਾ ਸਟੱਡੀ ਤੋਂ ਬਾਅਦ ਉਹਨੂੰ ਕੁਝ ਵਰਕ ਪਰਮਿਟ ਵਗੈਰਾ ਜਾਂ ਅਗਾਂਹ ਪਾਸ ਆਊਟ ਕਰ ਚੁੱਕਾ, ਸੋ ਇਹ ਵੀ ਇੱਕ ਪਾਰਟ ਹੁੰਦਾ, ਉੱਥੇ ਵੀ ਕਿਸੇ ਟਾਈਮ ਰਿਫਿਊਜ਼ਲ ਆ ਜਾਂਦੀ। ਸੋ ਉੱਥੇ ਨਹੀਂ ਅਗਰ ਗਰੰਟੀ ਹੈਗੀ ਤਾਂ ਹੋਟਲ ਵਾਲੇ ਕੇਸਿਸ 'ਚ ਤਾਂ ਗਰੰਟੀ ਕਿੱਥੇ ਹੀ ਹੋਣੀ ਹੈ। ਬਟ ਇੱਕ ਪਲੱਸ ਪੁਆਇੰਟ ਕੀ ਹੈ ਕਿ ਤੁਸੀਂ ਹੋਟਲ 'ਤੇ ਫਾਈਲ ਲਗਾਓ, ਅੱਜ ਦੀ ਡੇਟ 'ਚ ਅਗਰ ਡਾਕੂਮੈਂਟੇਸ਼ਨ, ਪ੍ਰੈਜੈਂਟੇਸ਼ਨ, ਕਵਰ ਲੈਟਰ, ਇਹਨਾਂ ਚੀਜ਼ਾਂ ਦਾ ਥੋੜ੍ਹਾ ਧਿਆਨ ਰੱਖ ਕੇ ਚੱਲੋ, ਅਤੇ ਟਰੈਵਲ ਡੇਟਸ ਦਾ ਸਭ ਤੋਂ ਮੇਜਰ ਧਿਆਨ ਰੱਖ ਕੇ ਚੱਲੋ, ਤਾਂ ਤੁਹਾਡੇ ਹੋਟਲ ਦੇ ਵੀ ਰਿਜ਼ਲਟ ਪੋਜ਼ੀਟਿਵ ਹੋਣ ਦੇ ਚਾਂਸਿਸ ਹੈਗੇ ਨੇ। ਸੋ ਅੱਜ ਦੀ ਵੀਡੀਓ 'ਚ ਬਸ ਆਹੀ 2-3 ਛੋਟੇ ਛੋਟੇ ਅਪਡੇਟ ਸੀ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਕੁਝ ਨਵੀਆਂ ਖਬਰਾਂ, ਕੁਝ ਨਵੀਆਂ ਅਪਡੇਟਸ ਦੇ ਨਾਲ। ਦਿਲ ਦਿਨ ਖੁਸ਼ ਰਹੋ, ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।